फास्ट वे संदेश देख रहे दर्शकों का दर्शकों का स्वागत करते हैं। हलका डेरा बाबा नानक तो ब्लाक प्रधान शुभम भारद्वाज जी ने ध्यानपुर के अज विशेष मीटिंग रखी। इस दौरान उन्होंने नाल फली भारद्वाज जी उन्होंने मिल के सारे ध्यानपुर वासियों दियां मुश्किलां सुनिया। ਅਕਸਰ ਵੀ ਕੋਈ ਖਲੋ ਕੇ ਆਪਣੀਆਂ ਮੁਸ਼ਕਲਾਂ ਦੱਸਦਾ। ਮੇਨ ਸਾਡੇ ਪਿੰਡ ਦੀ ਮੁਸ਼ਕਲ ਇਹ ਆ ਵੀ ਇੱਕ ਤਾਂ ਸਾਡੇ ਜਿਹੜਾ ਆਹ ਨਾਲਾ ਕਹਿੰਦੀ ਆ ਬਾਬੇ ਫਰੀਦ ਵਾਲਾ, ਇਹ ਸਾਨੂੰ ਬਹੁਤ ਜ਼ਰੂਰੀ ਆ। ਇਹਦੇ ਵਿੱਚ ਘਰਾਂ ਦੇ ਵਿੱਚ ਸੱਪ ਵੜਦੇ ਆ, ਬੁਰਾ ਹਾਲ ਵਾ। ਦੋ ਨੰਬਰ ਇਹ ਆ ਵੀ ਲਾਈਟਾਂ ਸਾਡੇ ਪਿੰਡ ਦੀਆਂ ਹੈ ਨਹੀਂ, ਬਹੁਤ ਹੀ ਭੈੜਾ ਹਾਲ ਲਾਈਟਾਂ ਦਾ। ਇੱਧਰ ਉੱਧਰ ਸਾਰੇ ਹਨੇਰਾ ਵਾ। ਬਾਗਵਾਲੀ ਵੀ ਇੱਧਰ ਆਪਣੇ ਟੈਂਪਰੇਰੀ ਲੱਗਦੀਆਂ ਵਾ, ਉਹ ਇੱਕ ਸਮੱਸਿਆ ਉਹ ਹੈਗੀ ਆ। ਇੱਕ ਸਾਡੇ ਸ਼ਮਸ਼ਾਨ ਘਰ ਦਾ ਸ਼ੱਦ ਨਹੀਂ ਹੈਗਾ ਉੱਥੇ ਕੋਈ, ਉਹ ਸਾਨੂੰ ਬਹੁਤ ਜ਼ਰੂਰੀ। ਅੱਗੇ ਵੀ ਕਿਹਾ ਵਾ ਕੋਈ ਨਹੀਂ ਹੋ ਜੇ ਮੇਜਰ ਗੱਲਾਂ ਜਿਹੜੀਆਂ ਰੱਖੋ, ਬਾਕੀ ਲਾਈਟਾਂ ਦਾ ਵੀ ਵੱਡੀਆਂ ਗੱਲਾਂ ਕੋਈ ਮਤਲਬ ਜੋ ਲਿਖਿਆ ਜਾਣਾ ਪਾਰਟੀ ਨੂੰ ਚਲ ਜਾਣਾ ਲਿਖ ਕੇ, ਉਹਦਾ ਤੁਹਾਨੂੰ ਹੱਲ ਛੇਤੀ ਮਿਲ ਜਾਏਗਾ 10-15 ਦਿਨਾਂ ਦੇ ਵਿੱਚ ਵਿੱਚ। ਇੱਕ ਮੇਨ ਸਾਡਾ ਮਸਲਾ ਵਾ ਸਾਈ ਬਰਾਦਰੀ ਦਾ ਛੱਪੜ ਵਾ। ਅੱਛਾ ਜੀ, ਉੱਥੇ ਕੋਈ 40-50 ਘਰ ਆ ਉੱਪਰ, ਉੱਥੇ ਪਾਣੀ ਨਹੀਂ ਹੈਗਾ। ਅੱਛਾ, ਲੋਕੀ ਬਹੁਤ ਹੀ ਮਜਬੂਰ ਆ ਉਹ ਕੰਮ ਵਾਸਤੇ। ਨਹੀਂ ਉਹ ਛੱਪੜ ਓਵਰ ਆ ਜਾਂ ਕਿੱਦਾਂ ਵਾ? ਛੱਪੜ ਜੋ ਵੀ ਹੈਗਾ ਉੱਥੇ ਪਾਈਪ ਲਾਈਨ ਨਹੀਂ ਜਾਣ ਦੀ, ਵਾਟਰ ਸਪਲਾਈ ਦਾ ਪਾਣੀ ਸਪਲਾਈ ਦਾ ਪਾਣੀ ਨਹੀਂ ਹੈਗਾ, ਜੋ ਪਾਣੀ ਨਹੀਂ ਹੈਗਾ। ਉਹ ਉੱਥੇ ਆਰਓ ਲੱਗਾ ਵਾ ਵੱਡਾ, ਪਰ ਉਹ ਵੀ ਕੋਈ ਇੱਛਾ ਮਸਲਾ ਹੈ। ਛੱਪੜ ਦਾ ਪਾਣੀ ਫਿਲਟਰ ਹੁੰਦਾ, ਛੱਪੜ ਦੇ ਉੱਤੇ ਲੱਗਾ ਵਾ, ਛੱਪੜ ਦਾ ਪਾਣੀ ਫਿਲਟਰ ਵਾ, ਲੋਕੀ ਕੀ ਪੀਣ, ਗੰਦਾ ਪਾਣੀ ਪੀਣ। ਬਹੁਤ ਹੀ ਜਿੱਥੋਂ ਲੋਕਾਂ ਨੂੰ ਪਾਣੀ ਦੀ ਨਾ ਲੱਗਿਆ, ਸਹੀ ਆ ਖਰਚਾ ਬੜਾ ਉੱਥੇ ਹੋਇਆ, ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ। ਉਹਦਾ ਸਿਸਟਮ ਕੀ ਹੋਣਾ, ਚੰਗੀ ਥਾਂ ਤੇ ਜਗ੍ਹਾ ਮੇਨ ਉੱਥੇ ਪਾਈਪ ਲਾਈਨ ਪੈਣੀ ਚਾਹੀਦੀ ਆ, ਤੇ ਕਨੈਕਸ਼ਨ ਜਿਹੜੇ ਲੋਕਾਂ ਘਰਾਂ 'ਚ ਆਪੇ ਲੈ ਲੈਣੇ ਆ, ਤੇ ਲੋਕੀ ਚੰਗਾ ਪਾਣੀ ਪੀਣ ਪਿਛਲੀਆਂ ਸਰਕਾਰਾਂ ਵਾਂਗੂ ਨੀ ਵੀ ਵਾਅਦਾ ਕਰਕੇ ਤੇ ਮੁੜ ਕੇ ਆਏ ਨੀ, ਬਹੁਤ ਜਲਦ ਹੋਏਗਾ ਕੰਮ, ਆਹੋ ਮੀਟਿੰਗਾਂ ਰੱਖੀਆਂ ਨੇ। ਬਾਕੀ 2024 ਦੀ ਇਲੈਕਸ਼ਨ ਆਉਂਦੀ ਆ, ਉਸ ਦੇ ਸੰਬੰਧ ਵਿੱਚ ਵੀ ਇਹ ਉਪਰਾਲਾ ਸਾਰੇ ਮਤਲਬ ਇਕੱਠੇ ਹੋਵੋ। ਕੋਈ ਨਰੇਗਾ ਦੇ ਪੈਸੇ ਜਾਂ ਦੂਜੇ ਤੀਜੇ ਕੋਈ ਵੀ ਨਰੇਗਾ ਦੇ ਪੈਸੇ ਨਹੀਂ ਪਏ ਜੇ ਬੜੇ ਦਿਨ ਹੋ ਗਏ, ਉਹ ਪੰਜਾਂ ਦੀ 2-3 ਮਹੀਨੇ ਹੋ ਗਏ। ਲਿਸਟ ਬਣਾ ਕੇ ਦਿਓ, ਅੜੇ ਕਿਵੇਂ ਦੇ ਪੈਸੇ ਨਰੇਗਾ ਦੇ? ਅੱਗੋਂ ਨਵੇਂ ਖਾਤੇ ਖਿਲਾ ਕੇ ਦਿਓ ਜਿਹਦੇ ਪੈਸੇ ਨਹੀਂ ਆ, ਛੇਤੀ ਆ ਜਾਣਗੇ 10-15 ਦਿਨਾਂ ਦੇ ਵਿੱਚ ਵਿੱਚ। ਠੀਕ ਹੈ, ਹੋਰ ਕਿਸੇ ਨੂੰ ਕੋਈ ਕੰਮ? ਦਵਾਈ ਦਵੂਈ ਮਿਲਣ ਡੀ ਫਰੀ ਸਰਕਾਰੀ ਹੋਸਪਿਟਲ ਚੋਂ, ਮਹੱਲਾ ਕਲੀਨਿਕ ਚੋਂ ਮਿਲਦੀ ਹੈ ਨਾ? ਇੱਕ ਤੁਹਾਨੂੰ ਹੋਰ ਖੁਸ਼ੀ ਦੀ ਗੱਲ ਆ, ਤੁਹਾਡਾ ਉੱਥੋਂ ਦਾ ਕਲੀਨਿਕ ਜਿਹੜਾ ਮਹੱਲਾ ਕਲੀਨਿਕ ਆ ਨਾ, ਇਹ ਧਿਆਨਪੁਰ ਦੇ ਵਿੱਚ ਪਟਵਾਰਖਾਨੇ ਆ ਜਾਣਾ, ਜਿਹੜਾ ਸਰਕਾਰੀ ਹੋਸਪਿਟਲ ਮਹੱਲਾ ਕਲੀਨਿਕ ਉਹ ਧਿਆਨਪੁਰ ਦੇ ਵਿੱਚ ਸ਼ਿਫਟ ਹੋ ਜਾਂਦੇ ਆ। ਠੀਕ ਹੈ, ਇੱਥੇ ਹੀ ਤੁਹਾਨੂੰ ਫਰੀ ਦਵਾਈ ਮਿਲੇਗੀ ਟੈਸਟ। ਕਾਰਡ ਬਣੇ ਨਰੇਗਾ ਦੇ? ਇੱਕ ਫੋਟੋ ਆਧਾਰ ਕਾਰਡ ਲੈ ਕੇ ਦੁਕਾਨੇ ਆ ਜਾਓ, ਤੁਹਾਨੂੰ ਕਾਰਡ ਕੱਢ ਦਾਂਗੇ। ਠੀਕ ਹੈ, ਤੁਹਾਡੇ ਪੈਸੇ ਵੀ ਪੈ ਜਾਣਗੇ ਜੀ। ਗਰੀਬਾਂ ਨੂੰ ਮਿਲਣੀ ਆ ਹੁਣ, ਬਣ ਜਾਣੇ ਤੁਹਾਡੇ ਕਾਰਡ ਨੰਬਰ ਲੱਗੇ ਆ। ਇੱਕ ਬੋਲੀ ਮਹੱਲੇ ਦੀ ਨਾਲੀ ਗਲੀ ਆ ਨੀ, ਇੱਕ ਬਾਬੇ ਫਰੀਦ ਵਾਲਾ ਇਹ ਨਾਲਾ ਹੀ ਆ ਨਾ, ਇੱਕ ਸ਼ੈੱਡ ਪੈਣੀ ਆ, ਇੱਕ ਲਾਈਟਾਂ, ਇੱਕ ਲਾਈਟਾਂ ਦੇ, ਇੱਕ ਬੋਲੀ ਮਹੱਲੇ ਦੇ ਵਿੱਚ ਟੂਟੀਆਂ ਦਾ ਪਾਣੀ ਜਿਹੜਾ ਨਾ 20 ਕਨੈਕਸ਼ਨ ਆ, ਪੈਪ ਸਾਰਾ ਪਿਆ ਸਭ ਕੁਝ ਹੋਇਆ ਵਾ, ਸਿਰਫ ਉਹਦਾ ਕਨੈਕਸ਼ਨ ਨਹੀਂ ਜੁੜਨ ਦਿਆ।
ਨਰੇਗਾ ਚ ਕਰਾਓ ਨਾ ਕੰਮ ਪਟਾ ਦੋ ਬੜੇ ਚਿਰ ਦੇ ਬੜੇ ਲੋਕਾਂ ਦੇ ਪੈਸੇ ਆ ਗਏ ਬੜੇ ਚਿਰ ਦੇ ਭਾਜੀ ਨੂੰ ਕੋਈ ਪਤਾ ਨੀ ਨਾ ਆਉਂਦੇ ਪੈਸੇ ਨਹੀਂ ਹੁੰਦੇ ਬਾਕੀ ਸਾਰੇ ਲੋਕਾਂ ਦੇ ਉਹ ਤੇ ਫਿਰ ਪ੍ਰੋਗਰਾਮ ਖਤਮ ਹੋ ਜਾਣਾ ਫਿਰ ਤੁਹਾਨੂੰ ਆਉਣ ਦਾ ਕੀ ਫਾਇਦਾ ਫਿਰ ਦੋ ਮਿੰਟ ਦਾ ਕੰਮ ਹੋਏਗਾ ਦੋ ਮਿੰਟ ਦਾ ਨਾ ਉਸ ਨਹੀਂ ਹੋਏਗਾ।